करता पुरख निरपौ निर्वै अकाल मूरत अजूनी सहपन गुर प्रसाद जप आद सच जुगाद सच आद सच जुगाद सच है भी सच नानक होसी ही सच Yeah.
पाया कुदरत के सब बंदे, कुदरत के सब बंदे, सब जग उपजिया कौन भले को मंदे में हर वटे मेरे साहिबा, वटे मेरे
ਅਸੀਂ ਜੇਬ ਚੋਂ ਮਾਇਆ ਕੱਢਦੇ ਹਾਂ 500, 1000, 2000 ਇਹਦੀ ਜਿੰਨੀ ਸਮਰੱਥਾ ਹੈ ਉਹ ਅੱਗੇ ਰੱਖ ਕੇ ਮੱਥਾ ਟੇਕਦਾ ਹੈ। ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ, ਆਪਣਾ ਸੀਸ ਦੇ ਕੇ ਮੱਥਾ ਟੇਕਿਆ। ਇਹਨੂੰ ਕਹਿੰਦੇ ਨੇ ਜੋ ਤੋਪਲੇ ਮੱਖਣ ਦਾ ਜਾਓ, ਜੋ ਤੋਪਲੇ ਮੱਖਣ ਦਾ ਜਾਓ, ਸਿਰ ਕਰ ਤਲੀ ਗਲੀ ਮੇਰੀ ਆਓ, ਸਿਰ ਕਰ ਤਲੀ ਗਲੀ ਮੇਰੀ ਆਓ। ਅੰਮ੍ਰਿਤਸਰ ਦੀਆਂ ਗਲੀਆਂ ਸਾਰੇ ਪਠਾਨ ਮੁਗਲ ਇਕੱਠੇ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਆ ਰਿਹਾ ਚੜ੍ਹਾਈ ਕਰਕੇ, ਉਧਰ ਹਜ਼ਾਰਾਂ ਦੀ ਗਿਣਤੀ ਤੇ ਇੱਧਰ ਕੁਝ 100 ਸਿੱਖ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਵਰ ਦਿੱਤਾ ਹੋਇਆ ਹੈ ਜਿੱਥੇ ਧਰਮ ਦੀ ਜੰਗ ਹੋਏਗੀ ਲੱਖਾਂ ਦੀ ਤਾਕਤ ਇਕੱਲੇ ਚ ਹੋਏਗੀ। ਗੋਬਿੰਦ ਸਿੰਘ ਨਾਮ ਕਹਾ ਬੋਲੋ, ਤਬੇ ਗੋਬਿੰਦ ਸਿੰਘ ਨਾਮ ਕਹਾ। ਪੂਰੇ ਸੰਸਾਰ ਵਿੱਚ ਸਿੱਖਾਂ ਦੇ ਇਤਿਹਾਸ ਵਰਗਾ ਕੋਈ ਇਤਿਹਾਸ ਨਹੀਂ ਜਾਏਗਾ। ਕੋਈ ਵੀ ਪੀਰ ਪੈਗੰਬਰ ਨੇ ਅੱਜ ਤੱਕ ਲੱਖਾਂ ਨਾਲ ਇੱਕ ਇੱਕ ਨੂੰ ਨਹੀਂ ਲੜਾਇਆ। ਇਹ ਸਮਰੱਥਾ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਸੀ। ਨਾਥਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਕ ਦੀ ਮੰਦੂਰ, ਗੁਰੂ ਗੋਬਿੰਦ ਸਿੰਘ ਹੱਕ ਹੱਕ ਸੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਕਾਤਰੇ ਹਰ ਕਾਰ, ਗੁਰੂ ਗੋਬਿੰਦ ਸਿੰਘ ਬੇਕਸਾਂ ਰਾਈ ਯਾਰ, ਸਿੱਖ ਤੇ ਮਿਹਰਬਾਨ ਹੈ। ਅੱਜ ਸੋਢੀ ਸਾਹਿਬ ਦੇ ਪਰਿਵਾਰ ਦੇ ਵਿੱਚ ਇਹ ਜਿਹੜੀ ਪੋਤਰੀ ਆਈ ਹੈ ਉਹਦਾ ਇਹੀ ਹੁਕਮਨਾਮਾ ਆਇਆ ਸੀ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ। ਤੇ ਘਰਦਿਆਂ ਨੇ ਨਾਮ ਰੱਖ ਦਿੱਤਾ ਮਿਹਰ ਕੌਰ। ਗੁਰੂ ਨਾਨਕ ਦੇ ਘਰੋਂ ਜਦੋਂ ਮਿਹਰ ਹੁੰਦੀ ਹੈ, ਰਹਿਮਤ ਹੁੰਦੀ ਹੈ ਤੇ ਕੋਈ ਨਾਮ ਜਪਣ ਵਾਲਾ ਜੀ ਘਰ ਵਿੱਚ ਆਉਂਦਾ। ਜਦੋਂ ਇਹਨਾਂ ਘਰ ਵਿੱਚ ਸੁਖਮਨੀ ਸਾਹਿਬ ਰੋਜ਼ ਆਰੰਭ ਹੋਏ ਤੇ ਬੱਚੀ ਰੋਜ਼ ਮੇਰੀ ਗੋਦ ਵਿੱਚ ਲੇਟਣਾ ਤੇ ਸੁਖਮਨੀ ਸਾਹਿਬ ਮਹਾਰਾਜ ਨੇ ਰੋਜ਼ ਕਰਾਉਣਾ, ਸੁਖਮਨੀ ਸੁਖ ਛਕਾਇਆ ਗਿਆ। ਬਾਬਾ ਨੰਦ ਸਿੰਘ ਜੀ ਕਹਿੰਦੇ ਸਨ ਇਹ ਨਹੀਂ ਉਡੀਕ ਕਰਨੀ ਕਿ ਵੱਡਾ ਹੋਏਗਾ, ਜਵਾਨ ਹੋਏਗਾ ਫਿਰ ਅੰਮ੍ਰਿਤ ਛਕਾਵਾਂਗੇ, ਨਾ ਘਰ ਬੱਚਾ ਹੋਵੇ ਆਉਂਦਿਆਂ ਹੀ ਚੱਲ ਲਵੋ, ਸ੍ਰੀ ਸਾਹਿਬ ਛੋਟੀ ਕਿਰਪਾਨ ਲੈ ਲਓ ਤੇ ਜਲ ਤੇ ਕਿਰਪਾਨ ਦੇ ਨਾਲ ਜਲ ਸਾਹਮਣੇ ਰੱਖ ਕੇ ਪੰਜ ਬਾਣੀਆਂ ਦਾ ਨਿਤਨੇਮ ਕਰੋ।
ਜੇ ਕੋਈ ਉਹ ਜਲ ਅੰਮ੍ਰਿਤ ਜਲ ਬਣਾ ਕੇ ਬੱਚੇ ਨੂੰ ਪਿਲਾਓ। ਕਹਿੰਦੇ ਸਨ ਪਤਾ ਨਹੀਂ ਕਿੰਨੀ ਕੁ ਉਮਰ ਹੈ, ਕਿਧਰੇ ਨਿਗੁਰਾ ਹੀ ਨਾ ਚਲਾ ਜਾਏ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਨਾਹੀ ਹੋ, ਗੁਰੂ ਬਿਨਾ ਸਿੱਖ ਗੁਰੂ ਦਾ ਆਸਰੇ ਤੇ ਰਹੇਗਾ ਜੰਗਲ ਵਿੱਚ ਵੀ ਮੰਗਲ ਕਰ ਦੇਗਾ। ਕਦੀ ਕਰਕੇ ਤਾਂ ਦੇਖੋ, ਜਿੱਥੇ ਸੁਖਮਨੀ ਸਾਹਿਬ ਬੈਠ ਕੇ ਕਰੋਗੇ, ਨੌ ਨਦੀਆਂ 18 ਸਿੱਧੀਆਂ ਪਿੱਛੇ ਆ ਜਾਣਗੀਆਂ। ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ। ਘਰ ਵਿੱਚ ਬੱਚੇ ਜੰਮਦਿਆਂ ਹੀ ਪਾਣੀ ਪੜ ਰਹੇ ਹੋਣ, ਇਹਦਾ ਮਤਲਬ ਗੁਰੂ ਹਮੇਸ਼ਾ ਹੀ ਉੱਥੇ ਮਿਹਰਬਾਨ ਹੈ। ਮਿਹਰਬਾਨ ਸਰਬ ਮਿਹਰਬਾਨ। ਔਰ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਆਗਮਨ, ਧੰਨ ਧੰਨ ਪਿਤਾ ਧੰਨ ਕੁੱਲ ਜਪੋ, ਧੰਨ ਧੰਨ ਪਿਤਾ ਧੰਨ ਧੰਨ ਕੁੱਲ। ਇਸ ਕੁੱਲ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਹੋ ਰਿਹਾ ਹੈ, ਸਾਰੀ ਦੁਨੀਆ ਧੰਨ ਧੰਨ ਕਹਿ ਰਹੀ ਹੈ। ਤੇ ਉਹ ਮਾਂ ਜਿਹਨੇ ਜਨਮ ਦਿੱਤਾ, ਧੰਨ ਧੰਨ ਸੋ ਜਨਨੀ, ਧੰਨ ਧੰਨ ਸੋ ਜਨਨੀ, ਧੰਨ ਧੰਨ ਸੋ ਜਨਨੀ, ਸੋਢੀ ਸਾਹਿਬ ਕਹਿ ਰਹੇ ਸਨ ਕਿ ਦਸ ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋੜ ਗਵਾਵੇ। ਦਸ ਦਾਤਾਂ ਗੁਰੂ ਦਿੰਦਾ ਹੈ, ਇੱਕ ਅਗਰ ਨਹੀਂ ਮਿਲੀ ਜਾਂ ਦੇਰ ਹੋ ਗਈ ਤਾਂ ਇੱਕ ਕਰਕੇ ਵਾਹਿਗੁਰੂ ਨਾਲ ਨਾਰਾਜ਼ ਹੋ ਜਾਂਦਾ ਹੈ। ਕਹਿੰਦੇ ਨੇ ਇੱਕ ਵੀ ਨਾ ਦੇ ਦਸ ਵੀ ਹਿਰ ਲੈ, ਅਗਰ ਪ੍ਰਭੂ ਜਿਹੜੀ ਦਾਤ ਮੰਗ ਰਿਹਾ ਉਹ ਵੀ ਨਾ ਦੇਵੇ ਤੇ ਜਿਹੜੀਆਂ ਦਿੱਤੀਆਂ ਹੋਈਆਂ ਨੇ ਉਹ ਵਾਪਸ ਲੈ ਲਵੇ, ਫਿਰ ਕੀ ਕਰ ਲੇਗਾ। ਇੱਕ ਵੀ ਨਾ ਦੇ ਦਸ ਵੀ ਹਿਰ ਲੈ, ਇੱਕ ਵੀ ਨਾ ਦੇ ਦਸ ਵੀ ਹਿਰ ਲੈ, ਔੜਾ ਗਾ ਅਕਾਲ ਪੁਰਖ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ। ਜਿਸ ਠਾਕੁਰ ਬਜ਼ੁਰਗਾਂ ਦੀ ਸੇਵਾ ਹੋਏਗੀ, ਨਹੀਂ ਤੇ ਅੱਜ ਕੱਲ੍ਹ ਦੇ ਬਜ਼ੁਰਗ ਰੋਂਦੇ ਪਏ ਨੇ, ਕੋਈ ਸੇਵਾ ਕਰਨ ਵਾਲਾ ਨਹੀਂ। ਗੁਰੂ ਦੀ ਸੇਵਾ ਵੀ ਕੀਤੀ ਤਾਂ ਪ੍ਰਵਾਨ ਹੈ, ਪਹਿਲੇ ਬਜ਼ੁਰਗਾਂ ਦੀ ਸੇਵਾ ਕਰੋ। ਬਲਵੀਰ ਸਿੰਘ ਜੀ ਸੋਢੀ ਜੀ ਬੈਠੇ ਨੇ, ਇਹਨਾਂ ਦੇ ਸੋਢੀ ਸਾਹਿਬ ਦੇ ਪਿਤਾ ਜੀ ਵੱਡੇ, ਉਹ ਵੀ ਕੀਰਤਨ 'ਚ ਬੈਠੇ ਨੇ, ਮਾਤਾ ਵੀ ਹੈਗੀ ਹੈ। ਤੇ ਮਾਤਾ ਪਿਤਾ ਦੀ ਸੇਵਾ ਕਰਨੀ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਮਾਤਾ
ਹਰੀ ਨੇ ਆਪ ਮਾਂ ਬਣੀ ਤੇ ਹਰੀ ਆਪ ਹੀ ਪਿਤਾ ਬਣਿਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਜਗਤ ਵਿੱਚ ਆਣ ਲੈ ਕੇ ਆਉਣ ਵਾਲੇ ਮਾਤਾ ਪਿਤਾ ਹੁੰਦੇ ਨੇ, ਅਗਰ ਉਹਨਾਂ ਦੀ ਸੇਵਾ ਨਹੀਂ ਕੀਤੀ ਫਿਰ ਗੁਰੂ ਦੀ ਸੇਵਾ ਵੀ ਪ੍ਰਵਾਨ ਨਹੀਂ ਹੈ। ਸਤਿਗੁਰ ਦੀ ਸੇਵਾ ਸਫਲ ਹੈ, ਪਰਿਵਾਰ ਮੰਗਲਾ ਸਾਹਿਬ ਜਾ ਕੇ ਸੇਵਾ ਕਰੇ, ਸੀਸਗੰਜ ਸਾਹਿਬ ਰਕਾਬਗੰਜ ਸਾਹਿਬ ਸੇਵਾ ਕਰੇ, ਕਿਉਂ ਨਾ ਗੁਰੂ ਉਹਨਾਂ ਤੇ ਮਿਹਰਬਾਨ ਹੋਵੇ। ਮਿਹਰਬਾਨ ਸਾਹਿਬ, ਇਮਤਿਹਾਨ ਆ ਗਿਆ। ਕਲਾਨੌਰ ਦੇ ਜੰਗਲਾਂ ਵਿੱਚ ਸਿੱਖ ਬੈਠੇ ਨੇ। ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਦਾ ਸਮਾਂ, ਜਹਾਨ ਖਾਨ ਦਾ ਸਮਾਂ, ਸਿੱਖਾਂ ਨੂੰ ਪਤਾ ਲੱਗਿਆ ਕਿ ਬੜੀ ਬੇਅਦਬੀ ਹੋ ਰਹੀ ਹੈ ਸ੍ਰੀ ਦਰਬਾਰ ਸਾਹਿਬ ਅੰਦਰ, ਨਾਚ ਨਚਾਇਆ ਜਾ ਰਿਹਾ ਔਰ ਸਰੋਵਰ ਸਾਹਿਬ ਨੂੰ ਪੂਰਿਆ ਜਾ ਰਿਹਾ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ ਪੁੱਛਿਆ, ਹਿੰਦੁਸਤਾਨ 'ਚ ਜਦੋਂ ਵੀ ਹਮਲਾ ਕਰਨ ਆਉਂਦੇ ਹਾਂ ਅਸੀਂ ਸਿੱਖਾਂ ਦੇ ਹੱਥੋਂ ਹਾਰ ਜਾਂਦੇ ਹਾਂ, ਇਹ ਸਿੱਖ ਕੌਣ ਨੇ? ਆਪਣੇ ਵਜ਼ੀਰਾਂ ਨੂੰ ਪੁੱਛਦਾ ਹੈ, ਉਹ ਕਹਿੰਦੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਨੇ। ਖਾਲਸਾ ਅਕਾਲ ਪਰਮਾਤਮ ਦੀ ਮੌਜ, ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ। ਇੱਕ ਮੂਵੀ ਆਈ ਹੈ, ਪ੍ਰਾਊਡ ਟੂ ਬੀ ਏ ਸਿੱਖ, ਸਿੱਖਾ ਸਿੱਖੀ ਦੇ ਵਿੱਚ ਆਉਣ ਦਾ, ਸਿੱਖੀ ਘਰ ਜਨਮ ਲੈਣ ਦਾ ਤੈਨੂੰ ਮਾਣ ਹੋਣਾ ਚਾਹੀਦਾ। ਇਹ ਪਰਸੋਂ ਇੰਡੀਆ ਟੀਵੀ ਵਾਲਾ ਇੰਟਰਵਿਊ ਲੈ ਰਿਹਾ ਸੀ, ਉਹ ਸਿੱਖਾਂ ਨੂੰ ਪੁੱਛ ਰਿਹਾ ਸੀ, ਜਿਨ੍ਹਾਂ ਤੱਕ ਕੋਈ ਗੌਰਮੈਂਟ ਨਹੀਂ ਪਹੁੰਚਦੀ, ਸਿੱਖ ਜਾ ਕੇ ਲੰਗਰ ਚਲਾ ਦਿੰਦੇ ਨੇ, ਸਿੱਖ ਸੇਵਾ ਕਰਦੇ ਨੇ, ਔਰ ਵੈਸੇ 47 ਵਿੱਚ ਵੀ ਬਹੁਤ ਸਿੱਖ ਸਿੰਘ ਸ਼ਹੀਦ ਹੋਏ। 1921-22 ਦਾ ਸਾਕਾ ਮੇਰੇ ਨਾਨੀ ਨੇ ਆਪਣੀ ਅੱਖਾਂ ਨਾਲ ਦੇਖਿਆ ਸੀ, ਨਨਕਾਣਾ ਸਾਹਿਬ ਦਾ ਸਾਕਾ, ਜਿੱਥੇ ਭਾਈ ਲਕਸ਼ਮਣ ਸਿੰਘ ਨੂੰ ਜੰਡ ਨਾਲ ਬਣ ਕੇ ਸਾੜਿਆ ਗਿਆ ਸੀ, ਦਲੀਪ ਸਿੰਘ ਨੂੰ ਪੱਠੇ ਵਿੱਚ ਚੌਂਕਿਆ ਗਿਆ ਸੀ, ਸਿੱਖਾਂ ਨੂੰ ਗੋਲੀਆਂ ਨਾਲ ਉਡਾਇਆ ਗਿਆ ਸੀ, ਉਹ ਸਾਕਾ ਮੇਰੀ ਨਾਨੀ, ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ, ਉਹ ਮੈਨੂੰ ਸੁਣਾਉਂਦੇ ਸਨ। 50 ਸਾਹਿਬ ਦਾ ਸਾਕਾ ਜਿਨ੍ਹਾਂ ਨੇ ਦੇਖਿਆ, ਮੈਂ ਉਹਨਾਂ ਦੇ ਵੀ ਦਰਸ਼ਨ ਕੀਤੇ ਨੇ, ਜਦੋਂ ਸਿੱਖ ਰੇਲ ਗੱਡੀ ਦੀ ਲਾਈਨਾਂ 'ਤੇ ਲੇਟ ਜਾਂਦੇ ਸਨ। ਸਿਰ ਜਾਏ ਤਾਂ ਜਾਏ, ਸਿਰ ਜਾਏ ਤਾਂ ਜਾਏ, ਸਿਰ ਜਾਏ ਤਾਂ ਜਾਏ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ, ਮਿਹਰਬਾਨ ਸਾਹਿਬ, ਮਿਹਰਬਾਨ, ਮਿਹਰਬਾਨ ਸਾਹਿਬ, ਚੈਨਲ ਔਰ ਕੀ ਕਹਿ ਰਿਹਾ,
ਬੰਦਾ ਤੁਹਾਡੇ ਉੱਤੇ ਇੰਨੇ ਜ਼ੁਲਮ ਹੋਏ, ਮੁਗਲਾਂ ਨੇ ਕੀਤੇ, ਅੰਗਰੇਜ਼ਾਂ ਨੇ ਕੀਤੇ। 1919 ਦਾ ਸਾਕਾ ਜਲਿਆਂ ਵਾਲਾ ਬਾਗ ਇਹ ਅੰਗਰੇਜ਼ਾਂ ਨੇ ਕਰਾਇਆ ਸੀ। ਜਨਰਲ ਡਾਇਰ ਔਰ ਜਿਹਦਾ ਬਦਲਾ ਅਸੈਂਬਲੀ ਵਿੱਚ ਜਾ ਕੇ ਲਿਆ ਗਿਆ ਸੀ। ਇਹ ਸਾਰੇ ਸਿੱਖਾਂ ਦੇ ਉੱਤੇ ਤਸ਼ੱਦਦ ਹੋਏ, ਇਹ ਮੈਂ ਟੀਵੀ ਆਪ ਦੇਖ ਰਿਹਾ ਸੀ। ਔਰ ਉਹ ਪੁੱਛ ਰਿਹਾ ਸੀ ਕਿ 47 ਵਿੱਚ ਬਹੁਤ ਸਿੰਘ ਸ਼ਹੀਦ ਹੋਏ, ਮਾਰੇ ਗਏ। ਫਿਰ ਉਹਨੇ ਕਿਹਾ 1984 ਵਿੱਚ ਬਹੁਤ ਸਿੰਘ ਸ਼ਹੀਦ ਹੋਏ, ਬੜੇ ਮਾਰੇ ਗਏ। ਪਰ ਤੁਸੀਂ ਲੋਕ ਕਦੀ ਬਦਲਾ ਲੈਣ ਵਾਸਤੇ ਨਹੀਂ ਸੋਚਦੇ ਬਈ ਇਹਨਾਂ ਨੇ ਇੰਨੇ ਮਾਰੇ ਨੇ, ਅਸੀਂ ਵੀ ਬਦਲਾ ਲਵਾਂਗੇ। ਤੁਸੀਂ ਫਿਰ ਵੀ ਜਿਨ੍ਹਾਂ ਬੰਦਿਆਂ ਨੇ ਸਿੱਖੀ ਦੇ ਉੱਤੇ ਜ਼ੁਲਮ ਕੀਤੇ, ਤੁਸੀਂ ਫਿਰ ਵੀ ਲੰਗਰ ਚਲਾ ਕੇ ਉਹਨਾਂ ਦੀ ਸੇਵਾ ਕਰਦੇ ਹੋ। ਕਿਉਂ ਬੋਲੇ ਸੋ ਰਿਹਾ ਉਹ ਕਹਿਣ ਲੱਗਾ, ਤੁਹਾਡੇ ਵਿੱਚ ਬਦਲੇ ਦੀ ਭਾਵਨਾ ਕਿਉਂ ਨਹੀਂ ਆਉਂਦੀ? ਇਹ ਟੀਵੀ ਚੈਨਲ ਵਾਲਾ ਪੁੱਛ ਰਿਹਾ। ਤੇ ਅੱਗੋਂ ਸਿੱਖ ਕਹਿਣ ਲੱਗਾ, ਸਿੱਖ ਭਾਵੇਂ ਮਰ ਜਾਏ ਪਰ ਸਿੱਖੀ ਨਾ ਮਰੇ। ਭਾਵ ਕੀ ਹੈ? ਸਿੱਖ ਦੇ ਅੰਦਰ ਇੱਕ ਬਹੁਤ ਵੱਡੀ ਗੁਰੂ ਨੇ ਦਾਤ ਦਿੱਤੀ ਹੈ, ਨਾਨਕ ਨਾਮ ਚੜ੍ਹਦੀ ਕਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸਰਬੱਤ ਦਾ ਭਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਇੱਕ ਜੈਕਾਰੇ ਨਾਲ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਦਾ ਸਨਮਾਨ ਕਰੀਏ, ਉਹ ਵੀ ਆਏ ਨੇ। ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੀ ਥਾਂ ਤੇ ਸੇਵਾ ਕਰ ਰਹੇ ਨੇ। ਇਹਨੂੰ ਕਹਿੰਦੇ ਨੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮਿਹਰਬਾਨ, 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 ਮਿਹਰਬਾਨ। ਤੂੰ ਕਾਹੇ ਪੁੱਛ ਰਿਹਾ ਹੈ, ਜਿੱਥੇ ਵੀ ਕਿਧਰੇ ਮੁਸ਼ਕਿਲ ਹੋਵੇ ਸਾਰੀ ਦੁਨੀਆ ਗੁਰਦੁਆਰਿਆਂ 'ਚ ਜਾ ਕੇ ਲੰਗਰ ਛਕਦੀ ਹੈ। ਕਦੇ ਸਿੱਖਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਇਹਨੂੰ ਲੰਗਰ ਨਹੀਂ ਛਕਾਉਣਾ, ਇਸ ਕੌਮ ਦੀ ਸੇਵਾ ਨਹੀਂ ਕਰਨੀ। ਇਹ ਅੱਗੋਂ ਉਹ ਗੁਰਸਿੱਖ ਜਵਾਬ ਬੜਾ ਸੋਹਣਾ ਦੇ ਰਿਹਾ। ਉਹ ਕਹਿਣ ਲੱਗਾ, ਸਤਿਗੁਰਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਤੁਸੀਂ ਸਿੱਖ ਮਾਰੇ ਨੇ ਪਰ ਸਿੱਖੀ ਨਹੀਂ ਮਰੀ। ਸਿੱਖੀ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਜਦੋਂ ਭਾਈ ਕਨ੍ਹਈਏ ਦੀ ਸ਼ਿਕਾਇਤ ਹੋਈ ਕਿ ਭਾਈ ਕਨ੍ਹਈਆ ਦੁਸ਼ਮਣਾਂ ਨਾਲ ਮਿਲ ਗਿਆ, ਭਾਈ ਕਨ੍ਹਈਆ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ, ਅੱਜ ਦਾ ਕੀਰਤਨ ਚੱਲ ਰਿਹਾ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ। ਗੁਰੂ ਕਿਹਨਾਂ ਸਿੱਖਾਂ 'ਤੇ ਮਿਹਰ ਕਰਦਾ ਹੈ, ਕਿਹਨਾਂ ਦੇ ਸਿਰ 'ਤੇ ਹੱਥ ਰੱਖਦਾ ਜਿਹੜੇ ਡੋਲਦੇ ਨਹੀਂ ਹੈਗੇ? ਤੂੰ ਕਾਹੇ ਡੋਲੇ ਤਾਣੀਆਂ, ਤੂੰ ਕਾਹੇ ਡੋਲੇ ਤਾਣੀਆਂ, ਤੂੰ ਕਾਹੇ ਡੋਲੇ ਤਾਣੀਆਂ, ਤੂੰ ਕਾਹੇ ਡੋਲੇ ਤਾਣੀਆਂ। ਅਸੀਂ ਗੱਲ ਗੱਲ 'ਤੇ ਡੋਲ ਜਾਂਦੇ ਹਾਂ, ਅਸੀਂ ਅਰਦਾਸ ਕਿਉਂ ਕਰਦੇ ਹਾਂ? ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਇਹ ਇਤਿਹਾਸ ਖੂਨ ਨਾਲ ਭਰਿਆ ਸਿੱਖਾਂ ਦਾ। ਇੱਕ ਦਿਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੱਸ ਰਹੇ ਸਨ, 2% ਦੀ ਆਬਾਦੀ ਅਗਰ ਸਿੱਖਾਂ ਦੀ ਮੰਨੀ ਜਾਂਦੀ ਹੈ, ਸਿੱਖਾਂ ਵਿੱਚ 100% ਬ੍ਰਹਮ ਗਿਆਨੀ ਹੋਏ ਨੇ। ਸਭ ਤੋਂ ਵੱਧ ਬ੍ਰਹਮ ਗਿਆਨੀ ਤੇ ਸਭ ਤੋਂ ਵੱਧ ਸ਼ਹੀਦੀਆਂ ਦੇਣ ਵਾਲੇ ਸਿੱਖਾਂ 'ਚ ਹੋਏ ਨੇ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ
हिंदुस्तान की आजादी वास्ते 87% कुर्बानियां दित्तियां है। अज पार्लियामेंट च कोई सवाल करता है कि सिख तो पूरे हिंदुस्तान का राजा है, तुम हो सब राजन के राजा, तुम हो सब राजन के राजा, आपे आप गरीब निवाजा, आपे आप गरीब निवाजा, जान अपना मुझे निवाज, जान अपना मुझे निवाज, आप करो हमरे सब काज, आप करो हमरे सब काज, क्योंकि अजे 5 मिनट है गए ने, समाप्ति कर रहे हैं। सारियां नूं पता जो बाणी पूरे नशे च पढ़ी जाती है ना, फिर समय का पता नहीं लगता कितने गए 2 घंटे कितने गए 4 घंटे। कुदरत कीम ना जानी है, वाहेगुरु भी बड़ा बेपरवाह है, तो वाहेगुरु के सिख भी बड़े बेपरवाह ने। भाई कन्हैये नूं पेश किया गया, भाई कन्हैया दुश्मना नू पानी पिलाना है, महाराज मैं तुहाडे कोल पानी सुनिए, ना को बैरी नहीं पिलाना, ना को बैरी नहीं पिलाना, बिछड़ गई सब तात पराई, जब ते साध संगत मोए पाई, साध संगत मोए पाई, सार संगत मोए पाई, बोलो सार संगत मोए पाई, सार संगत मोए पाई, साध संगत विच आके अगर मन नहीं बदलिया तो कित्थे बदलेगा। भाई साहब भाई गुरदास जी 2 पंक्तियां लिखते ने, अज सारे फतेह चैनल ते लाइव देख रहे ने, वो की लिखते ने, गुरसिख साध संग रंग में रंगीले भए, गुरु का सिख संगत विच आके रंगिया जांदा है। आज रंग लगा ना बाबा दीप सिंह जी नूं, जाओ तो प्रेम खेलन का जाओ, सिर तर तली गली मेरी आओ, ते बाबा दीप सिंह जी ने लकीर खिंच दित्ती, जिन्हें सिर देना साढ़े नाल आ जाओ, जिन्हें जाना बचानी है वापस चले जाओ। कहने 18 शेर का खंडा फेरिया, अरदासा सोदिया गुरु रामदास, ये सीस तेरा है और तेरे अर्पण हो जाए। रस्ते विच जदों पिछों धोखे नाल वार होया, सिर धड़ तो अलग हो गया, सिख ने याद कराया बाबा जी गुरु रामदास दे दर ते सीस भेट करना सी, ते इशारा होया सिर रखो, सीस तली ते रख के लड़े, मुगलिया हकूमत दियां जड़ां हिल गईयां हैं, असी सिखां नूं मार देने आ फिर भी सिख नहीं मरदे, मरता मरता जग मुआ पर बिना जाने कोए, मरता मरता जग मुआ मर बिना जाने कोए, ऐसी मरने जो मरे गौर न मरना होए, पहला मरन कबूल जीवन की धड़ आस, वो सपना की रेण का तो आओ हमारे पास, मैं हरवान साहेब मेहरवान, मैं हरवान साहेब मेहरवान, साहेब मेरा मेहरवान, साहेब मेरा प्राणियां, आओ अखीलियां पंक्तियां
ਤੁਧ ਰਾਖੇਗਾ ਸਿਰਜਣਹਾਰ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਰਦਿਗਾਰ। ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪਰਵਾਹ, ਸਿੱਖੋ ਵੱਡੇ ਦਿਲ ਵਾਲੇ ਬਣ ਜਾਓ, ਛੋਟੀਆਂ ਛੋਟੀਆਂ ਗੱਲਾਂ 'ਚ ਨਾ ਫਸੋ, ਨੈਰੋ ਮਾਈਂਡਡ ਨਾ ਬਣੋ, ਬਰੋਡ ਮਾਈਂਡਡ ਹੋਵੋ। ਗੁਰੂ ਨਾਨਕ ਨੇ ਸਾਰਿਆਂ ਨੂੰ ਗੱਲ ਨਾਲ ਲਾਇਆ। ਗੁਰੂ ਨਾਨਕ ਦਾ ਘਰ ਕਿਹੜਾ? ਮੈਂ ਦੁਬਾਰਾ ਪੁੱਛ ਰਿਹਾ, ਗੁਰੂ ਨਾਨਕ ਦਾ ਘਰ ਕਿਹੜਾ? ਇਹਦਾ ਜਵਾਬ ਕੀ ਹੈ? ਜਿਹਦਾ ਖੁੱਲ੍ਹਾ ਵਿਹੜਾ, ਜਿਹਦੇ ਵਿੱਚ ਸਾਰਾ ਸੰਸਾਰ, ਸਾਰੇ ਧਰਮ ਆ ਸਕਦੇ ਨੇ। ਅਤੇ ਅੱਜ ਦੇ ਦਿਨ ਅਸੀਂ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਨ ਵੀ ਮਨਾ ਰਹੇ ਹਾਂ। ਸ਼ਹੀਦਾਂ ਦੇ ਗੁਰਦੁਆਰੇ ਸਵੇਰੇ ਤੋਂ ਲੈ ਕੇ ਹੁਣ ਤੱਕ ਸੰਗਤਾਂ ਰਾਤ ਤੱਕ ਜੁੜ ਰਹੀਆਂ ਨੇ। ਅਤੇ ਅੱਜ ਪੇਸ਼ੀ ਹੋਈ ਭਾਈ ਘਨੱਈਏ ਦੀ, ਬਸ ਇਹ ਪੰਕਤੀ ਕਹਿ ਕੇ ਸਮਾਪਤੀ ਕਰਾਂ। ਭਾਈ ਘਨੱਈਆ, ਕਲਗੀਧਰ ਪਾਤਸ਼ਾਹ ਜਵਾਬ ਪੁੱਛ ਰਹੇ ਨੇ, ਸੁਣਿਆ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਨਾ। ਮਹਾਰਾਜ ਤੁਹਾਡੀ ਬਾਣੀ ਕਹਿੰਦੀ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਪਾਤਸ਼ਾਹ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੋਂ ਖੜੇ ਹੋ ਗਏ ਤੇ ਭਾਈ ਘਨੱਈਏ ਨੂੰ ਗੱਲ ਨਾਲ ਲਾ ਲਿਆ, ਘਨੱਈਆ ਤੂੰ ਬ੍ਰਹਮ ਗਿਆਨੀ ਹੋ ਗਿਆ, ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਹੇ ਅਪਮਾਨ। ਤੇਰੀ ਸੋਚ ਬੜੀ ਉੱਚੀ ਹੋ ਗਈ ਹੈ, ਬ੍ਰਹਮ ਗਿਆਨੀ ਊਂਚ ਤੇ ਊਂਚਾ। ਆਮ ਬੰਦੇ ਇਹ ਜਿਹੜੀ ਤੇਰੀ ਸ਼ਿਕਾਇਤ ਕਰਨ ਆਏ ਨੇ, ਮਨ ਆਪਣੇ ਹੈ ਸਭ ਤੇ ਨੀਚਾ। ਇਸ ਕਰਕੇ ਬ੍ਰਹਮ ਗਿਆਨੀ ਸੇ ਜਨ ਭਏ, ਗੁਰੂ ਨਾਨਕ ਦੇ ਘਰ ਵਿੱਚ ਤੂੰ ਬ੍ਰਹਮ ਗਿਆਨੀ ਹੋ ਗਿਆ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਤੇ ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਕਿਰਪਾ ਕਰ, ਇਸ ਕਲਯੁਗ ਦੇ ਵਿੱਚ ਤੇਰੀ ਮਿਹਰ ਸਦਾ ਸਾਡੇ ਤੇ ਬਣੀ ਰਹੇ। ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ, ਮਿਹਰਵਾਨ। ਕਲਗੀਧਰ ਪਾਤਸ਼ਾਹ ਮਿਹਰਬਾਨ ਹੋਏ, ਮਲਮ ਦਿੱਤੀ, ਪੱਟੀ ਦਿੱਤੀ, ਜਾ ਜਿੱਥੇ ਜ਼ਖਮੀ ਦੇਖੀ ਉੱਥੇ ਮਲਮ ਪੱਟੀ ਵੀ ਕਰਦੀ ਤੇ ਜਲ ਵੀ ਪਿਲਾਇਆ ਕਰੀ। ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਹਰਦਾਸ, ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਹਰਦਾਸ, ਸਦਾ ਨਾਨਕ ਕੀ ਹਰਦਾਸ, ਸਦਾ ਨਾਨਕ ਕੀ ਹਰਦਾਸ। ਮਿਹਰਵਾਨ ਸਾਹਿਬ, ਮਿਹਰਵਾਨ, ਮਿਹਰਵਾਨ ਸਾਹਿਬ, ਮਿਹਰਵਾਨ, 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 ਮਿਹਰਵਾਨ ਸਾਹਿਬ, ਜਿਤਨੇ ਸਟੇਜ 'ਤੇ ਬੈਠੇ ਨੇ, ਬੜੀਆਂ ਵੱਡੀਆਂ ਵੱਡੀਆਂ ਹਸਤੀਆਂ ਪਿਆਰ ਵਾਲੀਆਂ, ਇੱਕ ਸਾਰਿਆਂ ਦੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਨ 'ਤੇ, ਔਰ ਜਿਹੜੀ ਬੱਚੀ ਮਿਹਰ ਕੌਰ ਜਿਹਦੇ ਕਰਕੇ ਅਸੀਂ ਹਰ ਸਾਲ ਇਕੱਤਰ ਹੁੰਦੇ ਹਾਂ, ਔਰ ਇਸ ਪਰਿਵਾਰ ਦੇ ਵਿੱਚ ਮਿਲੀਆਂ ਖੁਸ਼ੀਆਂ ਔਰ ਹੋਈਆਂ ਰਹਿਮਤਾਂ ਕਰਕੇ ਇੱਕ ਜੈਕਾਰਾ ਲਾਓ। ਸਾਰਿਆਂ ਨੂੰ ਸਾਡੇ ਜੱਥੇ ਵੱਲੋਂ ਜੀ ਆਇਆਂ ਨੂੰ, ਕਿਉਂਕਿ ਸੋਢੀ ਸਾਹਿਬ ਵੀ 550 ਦਿਨਾਂ 'ਚ ਰੋਜ਼ ਨਾਲ ਸਵੇਰੇ ਨਿਤਨੇਮ ਅਤੇ ਆਸਾ ਜੀ ਦੀ ਵਾਰ ਕਰਾਉਂਦੇ ਨੇ। ਸਤਿਗੁਰੂ, ਆਈਆਂ ਸੰਗਤਾਂ ਅਤੇ ਇਸ ਪਰਿਵਾਰ ਨੂੰ ਇਹੀ ਆਸੀਸ ਦੇ ਕੇ ਜਾਣ, ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ, ਮੇਰਾ ਮਿਹਰਵਾਨ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।